ਪਹਿਲਾਂ ਕੀ ਹਾਲਾਤ ਸੀ ਤੁਹਾਡੇ ਕਾਰੋਬਾਰ ਦੇ ਹੁਣ ਕੀ ਹਾਲਾਤ ਹੋ ਗਏ ਨੇ ਕੀ ਮਹਿੰਗਾਈ ਦੀ ਮਾਰ ਤੇ ਬਹੁਤ ਜ਼ਿਆਦਾ ਮਤਲਬ ਕੀ ਪੈ ਗਈ ਆ ਕਾਰੋਬਾਰ ਖਾਪੋ ਹੀ ਜਾਂਦੇ ਵੇ ਸਾਰੇ ਕਾਰੋਬਾਰੀ ਤੇ ਬਾਕੀ ਮਿੱਟੀ ਦਾ ਕੰਮ ਤੇ ਇਹਦੇ ਸਮਝ ਲਓ ਕਿ ਇਹਦੇ ਖਤਮ ਹੀ ਹੋਈ ਜਾ ਰਿਹਾ ਵਾ ਜੇ ਤੁਸੀਂ ਵੇਖੀ ਪਹਿਲਾਂ ਤੁਸੀਂ ਜਿਹੜੇ ਮਿੱਟੀ ਲਿਆਉਂਦੇ ਸੀ ਉਦੋਂ ਮਿੱਟੀ ਕਿੰਨੇ ਦੀ ਲਿਆਉਂਦੇ ਸੀ ਤੇ ਹੁਣ ਕੀ ਭਾਅ ਆ ਕਿੰਨਾ ਕੁ ਫਰਕ ਪੈ ਗਿਆ ਵਾ ਜ਼ਮੀਨ ਆਸਮਾਨ ਦਾ ਕਿੰਨਾ ਕੁ ਫਰਕ ਪੈ ਗਿਆ ਵਾ ਉਹ ਵੀ ਫੋਨ ਕਰਦੇ ਆ ਉਹਨਾਂ ਨੂੰ ਉਹ ਲਾਰੇ ਲਾ ਦਿੰਦੇ ਆ ਜੀ ਮਿੱਟੀ ਹੱਲੇ ਆਈ ਨਹੀਂ ਮਿੱਟੀ ਤਿਆਰ ਨਹੀਂ ਹੈਗੀ ਜੇ ਮਿੱਟੀ ਹੱਲੇ ਉੱਥੋਂ ਨਿਕਲੀ ਨਹੀਂ ਆ ਤੇ ਉਹ ਲਾਰੇ ਲਾਦੇ ਰਹਿੰਦੇ ਆ ਵੀ ਰੇਟ ਵਧਾਉਣ ਵਾਸਤੇ ਤੇ ਜਿਹੜੇ ਤੁਸੀਂ ਕੰਮ ਕਰ ਲੈਂਦੇ ਹੋ ਤੇ ਲੋਕ ਉਹਨੇ ਤੁਹਾਡੀ ਮਿੱਟੀ ਦੇ ਜਿਹੜੇ ਲਾਗਤ ਦੇ ਪੈਸੇ ਤੁਹਾਨੂੰ ਦੇ ਦਿੰਦੇ ਨੇ ਕਿਉਂਕਿ ਉੱਚ ਵੀ ਲੋਕ ਜਿਹੜੇ ਨੇ ਅਨਲਾਗਾੜੀ ਘਾਟਾ ਕਰਦੇ ਨੇ ਜੀ ਇਹਦੇ ਮਿਹਨਤ ਸਾਡੀ ਬਹੁਤ ਜ਼ਿਆਦਾ ਵਾ ਸਾਨੂੰ ਪਰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਸਾਡਾ ਲੋਕੀ ਹੁਣ ਕੀ ਕੀ ਸੋਚਦੇ ਆ ਉਹ ਉਹ ਕਹਿੰਦੇ ਵੀ ਅਸੀਂ ਲੈਨੇ 50 ਰੁਪਏ ਦੇ ਦੀਵੇ ਤੇ ਸਾਡਾ 200 ਦਾ ਤੇਲ ਵਿੱਚ ਪਾਇਨਾ ਵਾ ਉਹ ਫਿਰ ਉਹਨਾਂ ਨਾ ਦੀਵਲ ਦੀਵੇ ਲੈਣ ਵੇਲੇ ਵੀ ਸੋਚਦੇ ਆ ਉਹ ਕਹਿੰਦੇ ਵੀ ਇਹਦੇ ਨਾਲ ਚੰਗਾ ਤੇ 50 ਰੁਪਏ ਦੀ ਲੜੀ ਲੋ ਤੇ ਉਹ ਜਗਾ ਲਈਏ ਲਗਦਾ ਨਹੀਂ ਵੀਰ ਜੀ ਜੇਕਰ ਇਸੇ ਤਰ੍ਹਾਂ ਮੰਗਾਈ ਵਾਦੀ ਰਹੀ ਤੇ ਲਗਦਾ ਨਹੀਂ ਸਾਨੂੰ ਆਉਣ ਵਾਲੇ ਸਮੇਂ ਦੇ ਜਿਹੜਾ ਵਾ ਇਹ ਕਾਰੋਬਾਰ ਜਿਹੜਾ ਵਾ ਮਿੱਟੀ ਦੇ ਲੋਕੀ ਜਿਹੜੇ ਭਾਂਡੇ ਜਾਂ ਦੀਵੇ ਜਿਹੜੇ ਬਣਾ ਕਰਦੇ ਸੀ ਦਿਵਾਲੀ ਦੇ ਇਹ ਲਗਦਾ ਨਹੀਂ ਜਿਹੜਾ ਖਾਨਦਾਨੀ ਕੰਮ ਸੀ ਛੱਡਣਾ ਪਊ ਇਸੇ ਸਮੇਂ ਜਿਹੜੀ ਹਾਦੀ ਅਗਲੀ ਜਨਰੇਸ਼ਨ ਆ ਸਾਡੀ ਅਗਲੀ ਜਿਹੜੀ ਪੀੜ੍ਹੀ ਆ ਇੱਕ ਦੇ ਬੱਚੇ ਹੁਣ ਗਾਂ ਸਾਡਾ ਅੱਗੋਂ ਕੰਮ ਚੱਲੋ ਸਾਡੇ ਨਾਲ ਕਰਾਂਦੇ ਪਏ ਆ ਪਰ ਅੱਗੇ ਦਾ ਨਹੀਂ ਪਤਾ ਕੰਮ ਕਰਨਗੇ ਨਹੀਂ ਮਿੱਟੀ ਦਾ ਪਹਿਲੀ ਗੱਲ ਤੇ ਇਹ ਕੰਮ ਖਤਮ ਹੁੰਦਾ ਜਾ ਰਿਹਾ ਵਾ ਦੂਸਰੀ ਗੱਲ ਮਿਹਨਤ ਬਹੁਤ ਜ਼ਿਆਦਾ ਵਾ ਇੱਕ ਤੇ ਸਾਡਾ ਮੁੱਲ ਨਹੀਂ ਹੈਗਾ ਵੀਰੇ ਫਿਲਮ ਚੈਨ ਦੇਖ ਰਹੇ ਸਾਰੇ ਦਰਸ਼ਕਾਦਾ ਜ ਮੈਂ ਕਵਾ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਹੈ ਕਹਿੰਦਾ ਵੀ ਦਾ ਰੋਟੀ ਘਰ ਦੀ ਤੇ ਦਿਵਾਲੀ ਅੰਮਰਸਾਦੀ ਤਾਂ ਤਸਵੀਰਾਂ ਦਿਖਾ ਰਹੇ ਅੰਮਰਸਾਦੀਆਂ ਜਿੱਥੇ ਦਾ ਕੀ ਦੀਵੇ ਬਣਾਉਂਦਾ ਕੰਮ ਕਰਦੇ ਨੇ ਜਿਹੜਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੇ ਘਰਾਂ ਵਿੱਚ ਦੀਵੇ ਬਣਾ ਕੇ ਉਹਨਾਂ ਦੇ ਘਰਾਂ ਵਿੱਚ ਰੋਸ਼ਨੀ ਪਹੁੰਚਾਉਂਦੇ ਨੇ ਪਰ ਅੱਜ ਜਿਹੜਾ ਖੁਦ ਇਹਨਾਂ ਦਾ ਜਿਹੜਾ ਕਾਰੋਬਾਰ ਆ ਇਹਨਾਂ ਦਾ ਖੁਦ ਜਿਹੜਾ ਹਨੇਰੇ ਵਿੱਚ ਪਹੁੰਚ ਗਿਆ ਵਾ ਕਿਉਂਕਿ ਜਿਹੜੀਆਂ ਮਾਰਕੀਟ ਵਿੱਚ ਜਿਹੜੀਆਂ ਚਾਈਨਾ ਮਾਲ ਜਿਹੜੀਆਂ ਲੜੀਆਂ ਆ ਗਿਆ ਨੇ ਉਸ ਦਾ ਰਕਾਲਾ ਕਾਫੀ ਫਰਕ ਪੈ ਗਿਆ ਵਾ ਗੱਲਬਾਤ ਕਰਾਂਗੇ ਉਸ ਵੀਰ ਦੇ ਨਾਲ ਵੀ ਵੀਰੇ ਨਾਮ ਕੀ ਤੁਹਾਡਾ ਤੇ ਕਿੰਨੇ ਸਮੇਂ ਤੋਂ ਜਿਹੜਾ ਤੁਸੀਂ ਇਹ ਕੰਮ ਕਰਦੇ ਹੋ ਦੀਵੇ ਬਣਾਉਂਦਾ ਨਰੇਸ਼ ਕੁਮਾਰ ਜੀ ਜੀ ਆਪਾਂ ਜੀ 15 ਸਾਲ ਤੋਂ ਕੰਮ ਕਰਦੇ ਪਿਆ ਹਾਂ ਹਾਂਜੀ ਤੇ ਮੈਨੂੰ ਇਹ ਸੋਪੀ ਪਹਿਲਾਂ ਕੀ ਹਾਲਾਤ ਸੀ ਤੁਹਾਡੇ ਕਾਰੋਬਾਰ ਦੇ ਹੁਣ ਕੀ ਹਾਲਾਤ ਹੋ ਗਏ ਨੇ ਦਿਨ ਦਿਨ ਮਹਿੰਗਾਈ ਵਾਧੀ ਜਾ ਰਹੀ ਆ ਤੁਹਾਡੇ ਕਾਰੋਬਾਰ 'ਚ ਕਿੰਨਾ ਕਸਰ ਪਿਆ ਵਾ ਜੀ ਮਹਿੰਗਾਈ ਦੀ ਮਾਰ ਤੇ ਬਹੁਤ ਜ਼ਿਆਦਾ ਮਤਲਬ ਕਿ ਪੈ ਗਈ ਆ ਕਾਰੋਬਾਰ ਠਾਪ ਹੋਈ ਜਾਂਦੇ ਵੇ ਸਾਰੇ ਕਾਰੋਬਾਰ ਹੀ ਤੇ ਬਾਕੀ ਮਿੱਟੀ ਦਾ ਕੰਮ ਤੇ ਇਹਦੇ ਸਮਝ ਲਓ ਕਿ ਇਹਦੇ ਖਤਮ ਹੀ ਹੋਈ ਜਾ ਰਿਹਾ ਵਾ ਇਹ ਅਸੀਂ ਪਰਿਵਾਰ ਸਾਰਾ ਲਾ ਕੇ ਕਰਦੇ ਪਏ ਆ ਤੇ ਇਹਦੇ ਜੇ ਵੀ ਸਾਡੇ ਜਿਹੜੇ ਹੈਗੇ ਆ ਤੁਸੀਂ ਕਹ ਲਓ ਮਿੱਟੀ ਆਪਣਾ ਜੋ ਵੀ ਲੱਗਦਾ ਵਾ ਬਲਣ ਲੱਗਦਾ ਵਾ ਸਭ ਕੁਝ ਮਹਿੰਗਾ ਹੋਈ ਜਾ ਰਿਹਾ ਵਾ ਤੇ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਜੀ ਹਾਂਜੀ ਮੈਨੂੰ ਇਹ ਸੋ ਵੇਦੀ ਪਹਿਲਾਂ ਤੁਸੀਂ ਜਿਹੜੇ ਮਿੱਟੀ ਲਿਆਉਂਦੇ ਸੀ ਉਦੋਂ ਮਿੱਟੀ ਕਿੰਨੇ ਦੀ ਲਿਆਉਂਦੇ ਸੀ ਤੇ ਹੁਣ ਕੀ ਭਾਅ ਆ ਕਿੰਨਾ ਕੁ ਫਰਕ ਪੈ ਗਿਆ ਵਾ ਜ਼ਮੀਨ ਆਸਮਾਨ ਦਾ ਕਿੰਨਾ ਕੁ ਫਰਕ ਪੈ ਗਿਆ ਵਾ ਤੇ ਤੁਹਾਡੀ ਜਿਹੜੀ ਮਿੱਟੀ ਨਾਲ ਜਿਹੜੀ ਲਾਗਤ ਆ ਨੀਵੇਂ ਤੁਸੀਂ ਦੀਵੇ ਤਿਆਰ ਕਰਦੇ ਹੋ ਕਿਸ ਤਰ੍ਹਾਂ ਸਾੜਾ ਜਿਹੜਾ ਦੀਵੇ ਤਿਆਰ ਕਰਦੇ ਹੋ ਕੀ ਕੀ ਤਿਆਰ ਕਰਦੇ ਹੋ ਮਿੱਟੀ ਦੇ ਨਾਲ ਸਾਡੇ ਤੋਂ ਦਸ਼ਕਾਂ ਦੱਸੋ ਕਿ ਕਿਸ ਤਰ੍ਹਾਂ ਤਿਆਰ ਹੁੰਦੇ ਨੇ ਦੀਵੇ ਹਾਂਜੀ ਜੇ ਮਿੱਟੀ ਅਸੀਂ ਪਹਿਲਾਂ ਪਹਿਲਾਂ ਆਂਦੀ ਸੀ ਕੋਈ 1000 ਜਾਂ 1200 ਦੀ ਟਰਾਲੀ ਜਿਹੜੀ ਸਾਡੀ ਜਿਹਤੋਂ ਬਰਤਨ ਬੰਦੇ ਆ ਤੇ ਹੁਣ ਉਹ ਮਿੱਟੀ ਪਹੁੰਚ ਗਿਆ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਜੇ ਤੇ ਉਹ ਵੀ ਫੋਨ ਕਰਦੇ ਆ ਉਹਨਾਂ ਨੂੰ ਉਹ ਲਾਰੇ ਲਾ ਦਿੰਦੇ ਆ ਜੀ ਮਿੱਟੀ ਹਲੇ ਆਈ ਨਹੀਂ ਮਿੱਟੀ ਤਿਆਰ ਨਹੀਂ ਹੈਗੀ ਜੇ ਮਿੱਟੀ ਹਲੇ ਉਥੋਂ ਨਿਕਲੀ ਨਹੀਂ ਆ ਤੇ ਉਹ ਲਾਰੇ ਲਾਦੇ ਰਹਿੰਦੇ ਆ ਵੀ ਰੇਟ ਵਧਾਉਣ ਵਾਸਤੇ ਤੇ ਮਿੱਟੀ ਬੜੇ ਮੁਸ਼ਕਲਾਂ ਆਉਂਦੀ ਸਾਨੂੰ ਬੜੇ ਮੁਸ਼ਕਲਾਂ ਆਉਂਦੀ ਆ ਤੇ ਦੂਸਰਾ ਫਿਰ ਅਸੀਂ ਮਤਲਬ ਕਿ ਮਿੱਟੀ ਜਿਹੜੀ ਹੈਗੀ ਆ ਫਿਰ ਉਹਨੂੰ ਆਟੇ ਵਾਂਗੂ ਗੋਨ ਕੇ ਫਿਰ ਉਹਨੂੰ ਪਹਿਲੇ ਬਰੀਕ ਕਰਦੇ ਆ ਫਿਰ ਫਿਰ ਉਹਨੂੰ ਮਤਲਬ ਕਿ ਫਿਰ ਉਹਨੂੰ ਚੱਕ ਦੇ ਲੈ ਆਂਦੇ ਆ ਉਹਨੂੰ ਫਿਰ ਫਿਰ ਉਹਦਾ ਸਮਾਨ ਬੰਦਾ ਜੇ ਉਹਦਾ ਗਮਲਾ ਬੰਦਾ ਜੀ ਉਹਦਾ ਮਟਕਾ ਬੰਦਾ ਜੀ ਉਹਦੇ ਦੀਵੇ ਵਗੈਰਾ ਹੋਰ ਮਿੱਟੀ ਦੀਆਂ ਛੋਟੀਆਂ ਮੋਟੀਆਂ ਆਟਮਾਂ ਬੜੀਆਂ ਬੰਦੀਆਂ ਜੀ ਮੇਰੇ ਦਸੋ ਵੀਰ ਜੀ ਦੀਵਾਲੀ ਜਿਹੜੀ ਆ ਉਹ ਨਵੰਬਰ ਦੇ ਮਹੀਨੇ ਚ ਹੁੰਦੀ ਆ 11ਵੇਂ ਮਹੀਨੇ ਚ ਹੁੰਦੀ ਆ ਤੇ ਬਾਕੀ ਜਿਹੜੇ ਮਹੀਨੇ ਨੇ ਉਹਨਾਂ ਵਿੱਚ ਤੁਸੀਂ ਕੀ ਕਰਦੇ ਹੋ ਕਾਦਾ ਗੁਜ਼ਾਰਾ ਕਿਸਤਾ ਚੱਲਦਾ ਵਾ ਮੇਰੇ ਦਸੋ ਦੱਸ ਕਰ ਜੀ ਅਸੀਂ 4-5 ਮਹੀਨੇ ਦੀਵਾਲੀ ਤੋਂ 4-5 ਮਹੀਨੇ ਪਹਿਲਾਂ ਦੀਵਾਲੀ ਦਾ ਕੰਮ ਸ਼ੁਰੂ ਕਰ ਦਿੰਨੇ ਆ ਫਿਰ ਹੌਲੀ 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 ਤਿਆਰੀ ਪੈਂਦੀ ਆ ਕੰਮ ਦੀ ਪਹਿਲਾਂ ਅਸੀਂ ਮਿੱਟੀ ਨੂੰ ਤਿਆਰ ਕਰਦੇ ਆ ਕਾਫੀ ਲੰਬਾ ਕੰਮ ਆ ਕਾਫੀ ਲੰਬਾ ਮਤਲਬ ਕਿ ਇਹ ਕੰਮ ਚੱਲਦਾ ਵਾ ਕਾਫੀ ਕਾਫੀ ਲੰਬਾ ਕੰਮ ਚੱਲਦਾ ਵਾ ਇਹ ਬਹੁਤ ਮਿਹਨਤ ਚਲਦੀ ਆ ਪਹਿਲੇ ਮਿੱਟੀ ਨੂੰ ਤਿਆਰ ਕਰਦਾ ਵਾ ਮਿੱਟੀ ਨੂੰ ਤਿਆਰ ਕਰਨ ਦੇ ਵਿੱਚ ਵੀ ਸਾਡਾ 1.5 ਮਹੀਨਾ ਲੱਗ ਜਾਂਦਾ ਵਾ ਫਿਰ ਉਸ ਤੋਂ ਬਾਅਦ ਤਿਆਰੀ ਹੁੰਦੀ ਆ ਜੀ ਉਹਦੇ ਫਿਰ ਇਹ ਖਿਡੌਣੇ ਬੰਦੇ ਆ ਖਡੋਨੇ ਬਣਾ ਕੇ ਵੀ ਸਾਨੂੰ ਥੋੜੇ ਸਟੋਰ ਕਰਨੇ ਪੈਂਦੇ ਆ ਫਿਰ ਉਹਨਾਂ ਨੂੰ ਸਟੋਰ ਕਰਕੇ ਉਹਨਾਂ ਨੂੰ ਫਿਰ ਪਕਾਉਣਾ ਪੈਂਦਾ ਵਾ ਪਕਾ ਕੇ ਫਿਰ ਰੰਗ ਰੋਗਨ ਕਰਦੇ ਆ ਪਕਾ ਕੇ ਰੰਗ ਰੋਗਨ ਕਰਨ ਤੋਂ ਬਾਅਦ ਫਿਰ ਉਹ ਦੁਕਾਨਾਂ ਤੇ ਪਹੁੰਚਦੇ ਆ ਤੇ ਮਤਲਬ ਕਿ ਕਾਫੀ ਲੰਮਾ ਕੰਮ ਇਹ ਪ੍ਰੋਸੀਜਰ ਚੱਲਦਾ ਰਹਿੰਦਾ ਵਾ ਮਤਲਬ ਕਿ ਇਹਦੇ ਵਿੱਚ ਵੀ ਸਾਨੂੰ 4-5 ਮਹੀਨੇ ਲੱਗ ਜਾਂਦੇ ਜੀ ਠੀਕ ਹੈ ਤੇ ਮੈਨੂੰ ਇਹ ਸੋ ਵੀ ਜੀ ਤੁਹਾਡਾ ਪਰਿਵਾਰ ਵਿੱਚ ਕੌਣ-ਕੌਣ ਜੀ ਜਿਹੜਾ ਦੀਵੇ ਬਣਾਉਂਦਾ ਕੰਮ ਕਰਦਾ ਵਾ ਤੁਹਾਡੇ ਨਾਲ ਜਿਹੜਾ ਮਿੱਟੀ ਨਾਲ ਮਿੱਟੀ ਜਿਵੇਂ ਹੋ ਕੇ ਮਿਹਨਤ ਕਰ ਰਿਹਾ ਵਾ ਜੀ ਪਰਿਵਾਰ ਦੇ ਸਾਡੇ ਸਾਰੇ ਮੈਂਬਰੀ ਕੰਮ ਕਰਦੇ ਆ ਆਪਣੇ ਸਾਡੇ ਮਾਤਾ ਜੀ ਬਜ਼ੁਰਗ ਜੇ 65 ਸਾਲ 70 ਸਾਲ ਉਹਨਾਂ ਦੀ ਉਮਰ ਜੇ ਤੇ ਉਹ ਹੱਲੇ ਵੀ ਚਲੋ ਸਾਡਾ ਸਾਥ ਦਿੰਦੇ ਪਿਆ ਕੰਮਕਾਰ ਕੋਈ ਹੈਗੇ ਨਹੀਂ ਆ ਉਹਨਾਂ ਤੋਂ ਲੈ ਕੇ ਇੱਕ ਮੈਂ ਮੇਰੇ ਵਾਈਫ ਹੋਰ ਮੇਰਾ ਬ੍ਰਦਰ ਤੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਤੁਸੀਂ ਦੇਖਿਆ ਹੋਣਾ ਵੀ ਛੋਟੇ ਛੋਟੇ ਬੱਚੇ ਕਿਤਨਾ ਕੰਮ ਕਰਦੇ ਪਿਆ ਕੋਈ ਕੰਮਕਾਰ ਤੇ ਹੈਗੇ ਨਹੀਂ ਆ ਫੇਰ ਕੀ ਕਰਨਾ ਗੁਜ਼ਾਰਾ ਘਰ ਦਾ ਕਿਤਨਾ ਚਲਾਈਏ ਇਹਦੇ ਕਰਕੇ ਫੇਰ ਸਾਨੂੰ ਇਹ ਸਾਰੇ ਕੰਮ ਸਾਡਾ ਸਾਥ ਦਿੰਦੇ ਆ ਠੀਕ ਹੈ ਜਿਨੇ ਤੁਸੀਂ ਦੱਸ ਰਹੇ ਹੋ ਸਾਰਾ ਪ੍ਰਵਾਹ ਤੁਸੀਂ ਮਿੱਟੀ ਦਾ ਮਿੱਟੀ ਹੋ ਕੇ ਕੰਮ ਕਰ ਰਹੇ ਹੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਮਾਤਾ ਤੱਕ ਤੇ ਜਿਹਨੇ ਤੁਸੀਂ ਕੰਮ ਕਰ ਲੈਂਦੇ ਹੋ ਤੇ ਲੋਕ ਉਹਨੇ ਤੁਹਾਡੀ ਮਿੱਟੀ ਦੇ ਜਿਹੜੇ ਲਾਗਤ ਦੇ ਪੈਸੇ ਤੁਹਾਨੂੰ ਦੇ ਦਿੰਦੇ ਨੇ ਕਿਉਂਕਿ ਉੱਚ ਵੀ ਲੋਕ ਜਿਹੜੇ ਨੇ ਅਨਾਂ ਕਾੜੀ ਘਾਟ ਕਰਦੇ ਨੇ ਜੀ ਇਹਦੇ ਮਿਹਨਤ ਸਾਡੀ ਬਹੁਤ ਜ਼ਿਆਦਾ ਵਾਹ ਸਾਨੂੰ ਪਰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਮਿਹਨਤ ਦਾ ਮੁੱਲ ਬਿਲਕੁਲ ਨਹੀਂ ਮਿਲਦਾ ਦੁਕਾਨਾਂ ਵਾਲੇ ਮਾਲ ਲੈਣ ਵੇਲੇ ਨਖਰੇ ਕਰਨਗੇ ਇਹਦਾ ਰੰਗ ਖਰਾਬ ਆ ਜੀ ਇਹ ਸਾਮਾਨ ਖਰਾਬ ਆ ਜੀ ਇਹਦੇ ਪੈਸੇ ਘੱਟ ਕਰ ਲੋ ਇਹਦੇ ਪੈਸੇ ਬਾਅਦ ਚ ਮਿਲਣਗੇ ਜੀ ਇਹ ਧਾਰ ਕਰ ਲੋ ਜੀ ਸਮਝ ਲੋ ਕਿ ਇਹ ਸਾਨੂੰ ਸਾਰੀਆਂ ਪਰੇਸ਼ਾਨੀਆਂ ਬਹੁਤ ਚਲਣੀਆਂ ਪੈਂਦੀਆਂ ਵਾ ਕਈ ਦੇ ਦੁਕਾਨਦਾਰ ਸਾਡੇ ਹੁੰਦੇ ਆ ਉਹ ਪੈਸੇ ਤੱਕ ਮਾਰ ਲੈਂਦੇ ਆ ਸਾਨੂੰ ਬੜੀ ਪਰੇਸ਼ਾਨੀਆਂ ਆਂਦੀ ਆ ਜੀ ਮੈਨੂੰ ਇਹ ਸੋ ਵੀ ਜੀ ਅਸੀਂ ਦੇਖ ਰਹੇ ਹਾਂ ਮਾਤਾ ਜੀ ਪੱਠੀ ਦੀ ਆਕਾਰੇ ਸੀ ਜਿੱਤੇ ਕੀ ਦੀਵੇ ਜਾਂ ਹੋ ਜਿਹੜਾ ਵਾ ਸਾਮਾਨ ਜਿਹੜਾ ਵਾ ਰਖਣਾ ਵਾ ਤੇ ਮੈਨੂੰ ਇਹ ਸੋ ਵੀ ਕਿੰਨੇ ਚਿਰ ਪੱਠੀ ਜਿਹੜੀ ਚੱਲਦੀ ਜਾਂਦੀ ਆ ਉਸ ਵਿੱਚ ਕਿੰਨਾ ਕੁ ਬਲਣ ਲੱਗਦਾ ਵਾ ਤੇ ਕਿੰਨੀ ਕੁ ਪਾਥੀਆਂ ਪੁੱਥੀਆਂ ਕਿੰਨੀ ਕੀ ਸਾਰੀ ਲਾਗਤ ਆਉਂਦੀ ਆ ਤੇ ਇਹਦੇ ਵਿੱਚ ਜਿਹੜੇ ਪੱਠੀ ਜਿਹੇ ਤਿਆਰ ਕਰਦੇਓ ਜਿਹੜੇ ਮੰਨ ਲਓ ਭਾਂਡੇ ਤਿਆਰ ਕਰਦੇ ਜਾਂ ਨੀਵੇ ਤਿਆਰ ਕਰਦੇਓ ਇਹ ਸਾਰੇ ਜਿਹੜੇ ਨੇ ਸਬੂਤੇ ਨਿਕਲ ਜਾਂਦੇ ਕਿ ਜਿਹ ਵਿੱਚ ਟੁੱਟ ਵੀ ਜਾਂਦੇ ਨੇ ਕੋਈ ਵੇਖੋ ਜੀ ਪੱਠੀ ਜਿਹੜੀ ਤਿਆਰ ਹੁੰਦੀ ਆ ਉਹ ਤੇ ਆਪਣਾ ਲੱਗ ਜਾਂਦਾ 2 ਦਿਨਾਂ 2 ਦਿਨ ਦੇ ਵਿੱਚ ਪੱਠੀ ਲੱਗਣ ਨੂੰ ਟਾਈਮ ਲੱਗਦਾ ਵਾ ਹੁਣ ਹੁਣ ਦੇਖਣ ਵਾਲੀ ਚੀਜ਼ ਆ ਵਾ ਜੇ ਵਿੱਚ 2000 ਦਾ ਮਾਲ ਆ ਨਾ ਤੇ 2000 ਦੀਆਂ ਪਾਥ ਤੇ 2000 ਦੀਆਂ ਤੇ ਪਾਥੀਆਂ ਪੈ ਗਈਆਂ ਤੇ 2000 ਦਾ ਵਿੱਚ ਮਾਲ ਪੈ ਗਿਆ ਤੇ ਸਾਨੂੰ ਬਚਿਆ ਕੀ ਫਿਰ ਸਾਡੀ ਮਿਹਨਤ ਫਿਰ ਸਾਡੀ ਮਿਹਨਤ ਕਿਹੜੇ ਪਾਸੇ ਚੱਲ ਗਈ ਕਿਉਂਕਿ 2000 ਦੀਆਂ ਤੇ ਅਸੀਂ ਪਾਥੀਆਂ ਪਾਤੀਆਂ 2000 ਦਾ ਮਾਲ ਤੇ ਅਸੀਂ ਉਹ ਹੀ ਤਾਂ ਮਤਲਬ ਕਿ ਸਾਨੂੰ ਮਿਹਨਤ ਨਹੀਂ ਨਾ ਮਿਲਦੀ ਗਈ ਮਿਹਨਤ ਦੇ ਸਾਨੂੰ ਮੁੱਲ ਨਹੀਂ ਮਿਲਦਾਗਾ ਤੇ ਮਤਲਬ ਕਿ ਸਾਨੂੰ ਬਹੁਤ ਮੁਸ਼ਕਲ ਹੋਇਆ ਪਿਆ ਆ ਸਰਕਾਰ ਵੱਲੋਂ ਸਾਨੂੰ ਕੋਈ ਸਹੂਲਤ ਨਹੀਂ ਆ ਗਈ ਕੋਈ ਸਾਨੂੰ ਮਤਲਬ ਕਿ ਸਮਝ ਲਓ ਕਿ ਇਹ ਕੰਮ ਹੌਲੀ-ਹੌਲੀ ਮੇਰੇ ਹਿਸਾਬ ਨਾਲ ਇਹ ਕੰਮ ਬਸ ਖਤਮ ਹੁੰਦਾ ਜਾ ਰਿਹਾ ਵਾ ਇਹ ਲੋਪ ਹੋਇਆ ਨਾ ਇਹ ਕੰਮ ਕੁਝ ਸਾਲਾਂ ਤੋਂ ਇਹ ਲੋਪ ਹੋਇਆ ਨਾ ਜੀ ਪਰ ਕੀ ਲੱਗਦਾ ਨਹੀਂ ਵੀ ਜਿਵੇਂ ਮਾਰਕੀਟ 'ਚ ਅੱਜਕੱਲ ਚਾਈਨਾ ਦੀਆਂ ਜਿਹੜੀਆਂ ਲੜੀਆਂ ਆ ਗਈਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਤੇ ਲੋਕ ਜਿਹੜਾ ਲੋਕਾਂ ਦਾ ਧਿਆਨ ਜਾਤ ਲੜੀਆਂ ਵੱਲ ਹੋ ਗਿਆ ਲੋਕ ਦੀਵੇ ਜਿਹੜੇ ਘੱਟ ਮਰ ਤੋਂ ਕਰਦੇ ਨੇ ਕੀ ਲੱਗਦਾ ਵੀ ਲੋਕ ਜੋ ਲੋਕ ਦੀਵੇ ਲੈਣ ਆਉਣ ਵਾਸਤੇ ਆਉਂਦੇ ਨੇ ਲੋਕ ਤੁਹਾਨੂੰ ਕਹਿੰਦੀਆਂ ਹੁੰਦੀਆਂ ਨੇ ਵੀ ਇਹ ਤੇ ਮਿੱਟੀ ਦੇ ਦੀਵੇ ਆ ਜਾਂ ਜਾਂ ਲੋਕ ਜਿਹੜੇ ਉਹ ਜਿਹੜਾ ਚਾਈਨਾ ਦਾ ਮਾਲ ਜਿਹੜਾ ਇਸਤੇਮਾਲ ਕਰਦੇ ਨੇ ਕੀ ਕਹਣਾ ਚਾਹੋਗੇ ਦੇਖੋ ਜੀ ਲੋਕ ਹੁਣ ਹੋ ਗਏ ਜਿਆਦਾ ਫੈਸ਼ਨੇਬਲ ਆ ਲੋਕੀ ਜਿਆਦਾ ਬਸ ਫੈਸ਼ਨ ਨੂੰ ਹੀ ਬਸ ਜਿਆਦਾ ਅੱਗੇ ਲੈ ਕੇ ਹੁੰਦੇ ਆ ਲੋਕੀ ਪਹਿਲੇ ਨਾਲੋਂ ਹੁਣ ਜਿਆਦਾ ਉਹਨੂੰ ਕੀ ਕਰਦੇ ਆ ਵੀ ਪਹਿਲਾਂ ਉਹ ਸੋਚਦੇ ਆ ਵੀ ਅਸੀਂ ਪਹਿਲਾਂ ਦੀਵਾ ਖਰੀਦਾਂਗੇ ਫਿਰ ਤੇਲ ਖਰੀਦਾਂਗੇ ਬਤੀਆਂ ਲੈਂਦੇ ਫਿਰਾਂਗੇ ਫਿਰ ਉਹਨੂੰ ਦੀਵਾ ਬਾਲਾਂਗੇ ਘਰ ਦੇ ਵਿੱਚ ਖਲਾਰਾ ਪਾਵਾਂਗੇ ਫਿਰ ਜਾ ਕੇ ਦੀਵਾ ਜਗੂਗਾ ਫਿਰ ਚਾਈਨਾ ਦੀ ਆਈਟਮ ਜਿਹੜੀ ਆ ਗਈ ਆ ਉਹਨੇ ਤੇ ਸਾਡੇ ਕੰਮ ਦਾ ਪੱਠਾ ਹੀ ਭਾਤਾ ਵਾ ਲੋਕੀ ਕੀ ਕਰਦੇ ਆ ਵੀ ਜਾ ਕੇ ਬਾਜ਼ਾਰ ਦੇ ਵਿੱਚ ਉਹ ਚਾਈਨਾ ਦੀ ਲੜੀ ਲੈ ਆਉਂਦੇ ਆ ਉਹਨੂੰ ਜਾ ਕੇ ਬਸ ਉਹਨੂੰ ਜਗਾ ਦਿੰਦੇ ਆ ਫਿਰ ਇਹਦੇ ਨਾਲ ਸਾਡੇ ਕੰਮ ਨੂੰ ਬਹੁਤ ਜ਼ਿਆਦਾ ਫਰਕ ਪਿਆ ਵਾ ਤੇ ਫਿਰ ਇਹ ਇਹ ਸਾਰੇ ਖਿਲਾਾਰੇ ਵੱਜੋਈ ਲੋਕੀ ਸੋਚਦੇ ਆ ਵੀ ਸਾਡਾ ਟਾਈਮ ਬਜੇਗਾ ਪਰ ਸਾਡਾ ਤੇ ਨੁਕਸਾਨ ਹੋ ਗਿਆ ਸਾਡੇ ਫਿਰ ਸਾਡੇ ਕੰਮ ਨੂੰ ਜਦੋਂ ਮਾਰ ਪੈ ਗਈ ਤੇ ਸਾਡਾ ਫਿਰ ਆਟੋਮੈਟਿਕਲੀ ਕੰਮ ਖਤਮ ਹੋ ਜਨਾ ਵਾ ਫਿਰ ਅਸੀਂ ਮਤਲਬ ਕਿ ਕਿਹੜੇ ਪਾਸੇ ਜਾਈਏ ਕੀ ਲੱਗਦਾ ਨਹੀਂ ਵੀ ਜਿਵੇਂ ਮਿੱਟੀ ਦਾ ਭਾਅ ਦੇਉਂਦਾ ਵਾਦਾ ਜਾ ਰਿਹਾ ਵਾ ਉਥੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਸਰੋਂ ਦਾ ਤੇਲ ਦਾ ਸਰੋਂ ਦਾ ਤੇਲ ਵੀ ਜਿਹੜਾ ਭਾਅ ਦੇਉਂਦਾ ਵਾਦਾ ਜਾ ਰਿਹਾ ਜਿਹੜੇ ਲੋਕ ਦੀਵੇ ਲੈਣ ਵਾਸਤੇ ਆਉਂਦੇ ਨੇ ਉਹ ਵੀ ਕਿਹਨੇ ਸੋਚੋਂ ਮਜਬੂਰ ਹੋ ਜਾਂਦੇ ਨੇ ਵੀ ਜੇਕਰ ਦੀਵੇ ਖਰਦੇ ਆ ਉਹ ਚ ਸਰੋਂ ਦਾ ਤੇਲ ਪਾਵਾਂਗੇ ਬੜਾ ਮਹਿੰਗਾ ਹੋ ਗਿਆ 200 ਰੁਪਏ ਨੂੰ ਪਾਰ ਹੋ ਗਿਆ ਵਾ ਲੋਕ ਲੱਗਦਾ ਨਹੀਂ ਵੀ ਸੋਚੋਂ ਵਾਸਤੇ ਇੱਕ ਵੀ ਤੁਹਾਡੇ ਗਾਂ ਤੇ ਹੁੰਦਾ ਬੜੀ ਸੋਚੋਂ ਵਾਸਤੇ ਮਜਬੂਰ ਹੋ ਜਾਂਦਾ ਵਾ ਵੇਖੋ ਜੀ ਪਹਿਲੀ ਗੱਲ ਤੇ ਤੁਹਾਨੂੰ ਪਤਾ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ ਬੈਲੈਂਸ ਸਾਰੇ ਮਤਲਬ ਕਿ ਪ੍ਰੋਪਰ ਬੈਲੈਂਸ ਵਿਗੜ ਗਿਆ ਵਾ ਹਰ ਬੰਦੇ ਦੀ ਰਸੋਈ ਦਾ ਸਾਰੇ ਦਾ ਮਤਲਬ ਕਿ ਪ੍ਰੋਪਰ ਬੈਲੈਂਸ ਵਿਗੜ ਗਿਆ ਦੂਸਰਾ ਲੋਕੀ ਹੁਣ ਕੀ ਕੀ ਸੋਚਦੇ ਆ ਉਹ ਉਹ ਕਹਿੰਦੇ ਵੀ ਅਸੀਂ ਲੈਨੇ 50 ਰੁਪਏ ਦੇ ਦੀਵੇ ਤੇ ਸਾਡਾ 250 ਦਾ ਤੇਲ ਵਿੱਚ ਪਾਇਨਾ ਵਾ ਉਹ ਫਿਰ ਉਹਨਾਂ ਨਾ ਦੀਵਲ ਦੀਵੇ ਲਿਆਣ ਵੇਲੇ ਵੀ ਸੋਚਦੇ ਆ ਉਹ ਕਹਿੰਦੇ ਵੀ ਇਹਦੇ ਨਾਲ ਚੰਗਾ ਤੇ 50 ਰੁਪਏ ਦੀ ਲੜੀ ਲੋ ਤੇ ਉਹ ਜਗਾ ਲਈਏ ਤੇ ਇਹਦੇ ਨਾਲ ਫਿਰ ਸਾਡੇ ਕੰਮ ਨੂੰ ਬੜਾ ਫਰਕ ਪੈਣਾ ਪੈਣਾ ਵਾ ਤੇਲ ਮਹਿੰਗਾ ਵਾ ਬਜ਼ਾਰਾਂ ਦੇ ਵਿੱਚ ਸਭ ਕੋਈ ਸਾਰੀਆਂ ਚੀਜ਼ਾਂ ਕਿਸੇ ਚੀਜ਼ ਨੂੰ ਹੱਥ ਨਹੀਂ ਪੈਂਦਾ ਤੇ ਉਹ ਫਿਰ ਜਦੋਂ ਦੀਵੇ ਲਿਆਣ ਆਂਦੇ ਆ ਉਹ ਫਿਰ ਸੋਚਦੇ ਆ ਇੱਕ ਵਾਰੀ ਵੀ ਕੀ ਕਰੀਏ ਕੀ ਨਾ ਕਰੀਏ ਮਨ ਲਗੀ ਅਸੀਂ ਸਿਰਫ ਕੁਦਰਤ ਦੇ ਭਰੋਸੇ ਬੈਠੇ ਆ ਪਰ ਕੀ ਲੱਗਦਾ ਨਹੀਂ ਵੀਰ ਜੀ ਜੇਕਰ ਇਸੇ ਤਰ੍ਹਾਂ ਮਹंगाई ਵਾਧੀ ਰਹੀ ਤੇ ਲੱਗਦਾ ਨਹੀਂ ਕਿ ਸਾਨੂੰ ਔਮਲ ਸਮੇਂ ਜਿਹੜਾ ਵਾ ਇਹ ਕਾਰੋਬਾਰ ਜਿਹੜਾ ਵਾ ਮਿੱਟੀ ਦੇ ਲੋਕੀ ਜਿਹੜੇ ਭਾਂਡੇ ਜਾਂ ਦੀਵੇ ਜਿਹੜੇ ਆ ਕਰਦੇ ਸੀ ਦੀਵਾਲੀ ਦੇ ਕੀ ਲੱਗਦਾ ਨਹੀਂ ਜਿਹੜਾ ਖਾਨਦਾਨੀ ਕੰਮ ਸੀ ਛੱਡਣਾ ਪਊਗਾ ਇਸੇ ਸਮੇਂ ਵੇਖੋ ਜੀ ਇੱਕ ਤੇ ਹੁਣ ਜਿਹੜੀ ਸਾਡੀ ਅਗਲੀ ਜਨਰੇਸ਼ਨ ਆ ਸਾਡੀ ਅਗਲੀ ਜਿਹੜੀ ਪੀੜ੍ਹੀ ਆ ਇੱਕ ਤੇ ਬੱਚੇ ਹੁਣ ਗਾਂ ਸਾਡਾ ਅੱਗੋਂ ਕੰਮ ਚੱਲੋ ਸਾਡੇ ਨਾਲ ਕਰਾਉਂਦੇ ਪਿਆ ਪਰ ਅੱਗੇ ਤਾਂ ਨਹੀਂ ਪਤਾ ਕੰਮ ਕਰਨਗੇ ਨਹੀਂ ਮਿੱਟੀ ਦਾ ਪਹਿਲੀ ਗੱਲ ਤੇ ਇਹ ਕੰਮ ਖਤਮ ਹੁੰਦਾ ਜਾ ਰਿਹਾ ਵਾ ਦੂਸਰੀ ਗੱਲ ਮਿਹਨਤ ਬਹੁਤ ਜ਼ਿਆਦਾ ਵਾ ਇੱਕ ਤੇ ਸਾਡਾ ਮੋਲ ਨਹੀਂ ਹੈਗਾ ਤਾਂ ਜੇ ਮੋਲ ਨਹੀਂ ਸਾਨੂੰ ਮਿਲਦਾ ਤੇ ਜੇ ਇਸ ਮੋਲ ਨਹੀਂ ਮਿਲੇਗਾ ਤੇ ਸਾਡੇ ਬੱਚੇ ਘਰੋਂ ਕੰਮ ਕਰਕੇ ਕੀ ਕਰਨਗੇ ਤੇ ਜੇ ਉਹਨਾਂ ਨੂੰ ਕੋਈ ਹੁਣ ਇਹਦੇ ਨਾਲ ਚੰਗਾ ਤੇ ਬੰਦਾ ਦਿਹਾੜੀ ਕਰ ਲਿਆ 4-500 ਰੁਪਿਆ ਘਰ ਆ ਜਾਂਦਾ ਵਾ 4-500 ਰੁਪਿਆ ਘਰ ਆਜੂਗਾ ਤੇ ਬੰਦਾ ਗੁਜ਼ਾਰਾ ਕਰ ਲੂਗਾ ਤੇ ਇਹ ਕੰਮ ਜੇ ਤੁਹਾਡੇ ਚਾਰ ਜੀ ਕੰਮ ਕਰਦੇ ਆ ਤੇ ਜੇ 500 500 ਰੁਪਿਆ ਲਾਈਏ ਤੇ 2000 ਰੁਪਿਆ ਤੁਹਾਨੂੰ ਨਹੀਂ ਮਿਲੇਗਾ 2000 ਰੁਪਿਆ ਨਹੀਂ ਤੁਹਾਨੂੰ ਮਿਲੇਗਾ ਤੇ ਇਹ ਇਹਨਾ ਚੰਗਾ ਤੇ ਬੰਦਾ ਬਾਹਰ ਦਿਹਾੜੀ ਕਰਕੇ ਖਾ ਲਵੇ ਉਹ ਚੰਗਾ ਵਾ ਪਰ ਵੀਰ ਜੀ ਕੀ ਕਹਿਣਾ ਚਾਹੋਗੇ ਜਿਵੇਂ ਕਈ ਵਾਰੀ ਬਰਸਾਤ ਆ ਜਾਂਦੀ ਹੈ ਬਾਹਰ ਦੀਵੇ ਰੱਖੇ ਹੁੰਦੇ ਮਿੱਟੀ ਦੇ ਬਣਾ ਕੇ ਭਾਂਡੇ ਧਿਆ ਕੇ ਰੱਖੇ ਹੁੰਦੇ ਨੇ ਰੱਬ ਨਾ ਕਰੇ ਇੱਕਦਮ ਮੌਸਮ ਖਰਾਬ ਹੋ ਜਾਏ ਬਰਸਾਤ ਆ ਜਾਏ ਉਸ ਟਾਈਮ ਤੇ ਕਿੰਨਾ ਕਿ ਮਨ ਦੁਖੀ ਹੁੰਦਾ ਕਿੰਨੀ ਕਿ ਰਾਤ ਨੂੰ ਟੈਨਸ਼ਨ ਹੋ ਜਾਂਦੀ ਹੈ ਵੀ ਬਾਹਰ ਮਾਲ ਪਿਆ ਵਾ ਪਤਾ ਨਹੀਂ ਵੀ ਖਰਾਬ ਹੋ ਜਾਏ ਨੁਕਸਾਨ ਹੋ ਜਾਏ ਉਸ ਟਾਈਮ ਤੇ ਕੀ ਬੀਦੀ ਹੈ ਵੇਖੋ ਜੀ ਰਾਤ ਜੇ ਤੇ ਰਾਤ ਬਾਹਰ ਸਮਾਨ ਪਿਆ ਵਾ ਫਿਰ ਤੇ ਉਹਦਾ ਕੋਈ ਵਾਲੀਵਾਰਸ ਨਹੀਂ ਹੈਗਾ ਫਿਰ ਤੇ ਉਹ ਰੱਬ ਭਰੋਸੇ ਹੀ ਆ ਤੇ ਜੇ ਜਾ ਕੇ ਖੁੱਲ ਗਈ ਤੇ ਮਾਲ ਸਾਂਭਿਆਗਾ ਮੀ ਆਉਂਦੇ ਜੇ ਤੇ ਸਾਂਭਿਆ ਗਿਆ ਨਹੀਂ ਤੇ ਫਿਰ ਉਹ ਖਰਾਬ ਜੇ ਫਿਰ ਉਹਦਾ ਕੋਈ ਮਸਲਾ ਹੱਲ ਨਹੀਂ ਹੁੰਦਾ ਤੇ ਨਾ ਹੀ ਉਹਦੇ ਬਾਰੇ ਸਾਨੂੰ ਕੋਈ ਕੋਈ ਸਰਕਾਰ ਉਹ ਲੋ ਵੀ ਸਹੂਲਤ ਨਹੀਂ ਹੈਗੀ ਵੀ ਇਹਨਾਂ ਦਾ ਕੋਈ ਨੁਕਸਾਨ ਹੋਇਆ ਵਾ ਤੇ ਇਹਨਾਂ ਨੂੰ ਕੋਈ ਮੁਆਵਜ਼ਾ ਮਿਲ ਜੇ ਨਾ ਜੀ ਅੱਡਾ ਦੀ ਸਾਨੂੰ ਕੋਈ ਸਹੂਲਤ ਨਹੀਂ ਹੈਗੀ ਸਾਡੀ ਕੋਈ ਨਹੀਂ ਸੁਣਦਾ ਪ੍ਰਮਾਤਮਾ ਨੂੰ ਵੀ ਤਰਸ ਆ ਜਾਵੇ ਤੇ ਸੁਣ ਸੁਣ ਲੇਗਾ ਨਹੀਂ ਤੇ ਨਹੀਂ ਸਾਡਾ ਕੋਈ ਸੁਣਨ ਵਾਲਾ ਨਹੀਂ ਹੈਗਾ ਤਬੀਰ ਸੋ ਵੀਰ ਸਰਕਾਰ ਵੱਲੋਂ ਤੁਹਾਨੂੰ ਕਾਰੋਬਾਰ ਵਧਾਉਣ ਵਾਸਤੇ ਜਿਵੇਂ ਤੁਸੀਂ ਕੰਮ ਕਰਦੇ ਆ ਰਹੇ ਹੋ ਖਾਨਦਾਨੀ ਕੰਮ ਤੁਹਾਡਾ ਜਿਹੜਾ ਵਾ ਮਿੱਟੀ ਦੇ ਭਾਂਡੇ ਬਣਾਉਣਾ ਦੀਵੇ ਬਣਾਉਂਦਾ ਕੋਈ ਸਰਕਾਰ ਵੱਲੋਂ ਤੁਹਾਨੂੰ ਸਹੂਲਤ ਦਿੱਤੀ ਜਾਵੇ ਤੁਹਾਨੂੰ ਲੋਨ ਦਿੱਤਾ ਹੋਵੇ ਤੁਸੀਂ ਆਪਣੇ ਕਾਰੋਬਾਰ ਵਧਾਓ ਵਧੀਆ ਕੰਮ ਕਰਿਓ ਮਿਹਨਤ ਕਰਿਓ ਇਸ ਤਰ੍ਹਾਂ ਕੋਈ ਸਹੂਲਤ ਮਿਲੀ ਤੁਹਾਨੂੰ ਨਹੀਂ ਨਹੀਂ ਜੀ ਅੱਜ ਤੱਕ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਸਰਕਾਰ ਕੁਝ ਨਹੀਂ ਸੋਚਦੀ ਇਹਦੇ ਬਾਰੇ ਸਾਡੇ ਕੀਤੇ ਬਾਰੇ ਕੁਝ ਨਹੀਂ ਸੋਚਦੀ ਤੇ ਦੂਸਰਾ ਨਾ ਕੋਈ ਸਾਨੂੰ ਸਹੂਲਤ ਆ ਕੋਈ ਨੌਕਰੀ ਕੋਈ ਪੇਸ਼ਾ ਕੋਈ ਲੋਨ ਕਿਸੇ ਕਿਸਮ ਦੀ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਹੈਗੀ ਮਨੇ ਸੋ ਵੀਰ ਜੀ ਤੁਹਾਡੇ ਇਲਾਕੇ ਚ ਜੇ ਤੁਹਾਡੇ ਲੱਗ ਜਾਗੇ ਕਿੰਨੇ ਕਿ ਪਰਿਵਾਰ ਜਿਹੜੇ ਮਿੱਟੀ ਦਾ ਕੰਮ ਕਰਦੇ ਆ ਰਹੇ ਨੇ ਤੇ ਕਿੰਨੇ ਕਿ ਪਰਿਵਾਰ ਜਿਹੜੇ ਕੰਮ ਛੱਡ ਗਏ ਨੇ ਦੇਖੋ ਜੀ ਇਹ 200 ਪਰਿਵਾਰ ਕੰਮ ਕਰਦੇ ਵੇ ਘਟੋ ਘਟ 200 ਪਰਿਵਾਰ ਸਾਡੇ ਲਾਗੇ ਕੰਮ ਕਰਦੇ ਆ ਇਹਦੇ ਵਿੱਚੋਂ ਕਈ ਤੇ ਮਿਹਨਤ ਖੁਣੋ ਕੰਮ ਛੱਡ ਗਏ ਆ ਮਿਹਨਤ ਬਹੁਤ ਜ਼ਿਆਦਾ ਹੈਗੀ ਆ ਤੇ ਗਾਂ ਬੱਚੇ ਕੰਮ ਨਹੀਂ ਕਰਦੇ ਆ ਤੇ ਦੂਸਰਾ ਇੱਕ ਸਾਡੇ ਜਿਹੜੇ ਹੈਗੇ ਆ ਸਾਧਨ ਹੈਗੇ ਆ ਕੰਮ ਦੇ ਸਾਧਨ ਮਹਿੰਗੇਗੇ ਆ ਹਾਂਜੀ ਵੀਰ ਜੀ ਸੋ ਵੀਰ ਜੀ ਤੁਸੀਂ ਨੌਕਰੀ ਕਰਨ ਬਾਰੇ ਕਿ ਸੋਚਿਆ ਨਹੀਂ ਜਾਂ ਤੁਸੀਂ ਪੜ੍ਹੇ ਲਿਖੇ ਨਹੀਂ ਜੀ ਕਿ ਤੁਸੀਂ ਆਪਣਾ ਕਾਰੋਬਾਰੀ ਕਰਾਂ ਜਿਹੜਾ ਤੁਸੀਂ ਚੰਗਾ ਸਮਝਿਆ ਵਾ ਹਾਂਜੀ ਹੁਣ ਤੇ ਆਪਾਂ 15 ਸਾਲ ਤੋਂ ਇਹੋ ਕੰਮ ਕਰਦੇ ਪਿਆ ਆ ਇਹਦੇ ਚ ਗੁਜ਼ਾਰਾ ਕਰਦੇ ਪਿਆ ਆ ਤੇ ਸਰਕਾਰਾਂ ਤੋਂ ਵੀ ਆਪਾਂ ਕੀ ਉਮੀਦ ਕਰ ਸਕਦੇ ਆ ਕਿਉਂਕਿ ਉਹਦੇ ਸਾਡਾ ਬਾਰੇ ਕੋਈ ਸੋਚਦੀ ਨਹੀਂ ਆ ਤੇ ਇਹ ਫਿਰ ਕੰਮ ਕਰਦੇ ਪਿਆ ਜੇ ਨਾ ਕਰਾਂਗੇ ਤੇ ਫਿਰ ਖਾਵਾਂਗੇ ਕਿੱਥੋਂ ਹਾਂਜੀ ਠੀਕ ਹੈ ਬਹੁਤ ਬਤਾਲਵਾ ਜੀ ਤੁਸੀਂ ਦੇਖਿਆ ਕਿ ਕਿਸਤਾ ਜਿਹੜੇ ਨੌਜਵਾਨ ਨੇ ਪਹਿਲਾਂ ਕਈ ਸਾਲਾਂ ਤੋਂ ਜਿਹੜਾ ਆਪਣਾ ਖਾਨਦਾਨੀ ਕੰਮ ਕਰਦੇ ਆ ਰਹੇ ਨੇ ਮਿੱਟੀ ਦਾ ਮਿੱਟੀ ਹੋ ਕੇ ਜਿਹੜਾ ਭਾਂਡੇ ਤਿਆਰ ਕਰ ਰਹੇ ਨੇ ਦੀਵੇ ਤਿਆਰ ਕਰ ਰਹੇ ਨੇ ਅਤੇ ਦੀਵੇ ਤਿਆਰ ਕਰਕੇ ਲੋਕਾਂ ਦੇ ਘਰਾਂ ਵਿੱਚ ਢਾਗਾ ਰੋਸ਼ਨੀ ਪਹੁੰਚਾ ਰਹੇ ਨੇ ਪਰ ਖੁਦ ਜਿਹੜੇ ਇਹਨਾਂ ਘਰਾਂ ਵਿੱਚ ਕਿਤੇ ਕਿਤੇ ਹਨੇਰਾ ਵਾਸਤ ਸਰਕਾਰ ਵੱਲੋਂ ਵੀ ਨਿਰਾਸ਼ਾ ਵਾ ਕਿਉਂਕਿ ਦਿਨ ਦਿਨ ਮਹਿੰਗਾਈ ਵਧਦੀ ਜਾ ਰਹੀ ਹੈ ਮਿੱਟੀ ਦੇ ਭਾਅ ਦਿਨ ਦਿਨ ਵਧੇ ਜਾ ਰਹੇ ਨੇ ਉੱਥੇ ਮਾਰਕੀਟ ਵਿੱਚ ਚਾਈਨਾ ਦੇ ਜਿਹੜਾ ਮਾਲ ਆ ਰਿਹਾ ਵਾ ਚਾਈਨਾ ਦੀ ਲੜੀ ਆ ਰਹੀ ਆ ਉਸ ਨੂੰ ਲੈ ਕੇ ਵੀ ਕਾਫੀ ਪਰਿਵਾਰ ਵਿੱਚ ਨਿਰਾਸ਼ਾ ਵਾ ਅਤੇ ਉਹਨਾਂ ਨੇ ਕਹਿਣਾ ਵੀ ਜੇਕਰ ਇਸੇ ਤਰ੍ਹਾਂ ਹੀ ਮਹਿੰਗਾਈ ਵਧਦੀ ਰਹੀ ਕਿ ਲੱਗਦਾ ਹੁਣ ਸਮੇਂ ਸਾਰ ਨੂੰ ਆਪਣਾ ਕਾਰੋਬਾਰ ਜਿਹੜਾ ਉਹ ਬੰਦ ਕਰਨਾ ਪਵੇਗਾ ਅਤੇ ਸਰਕਾਰ ਨੂੰ ਉਹਨਾਂ ਕਿਹਾ ਵੀ ਸਾਨੂੰ ਜਿਹੜੀ ਮਦਦ ਕੀਤੀ ਜਾਵੇ ਸਾਡੇ ਪਰਿਵਾਰ ਜਿਹੜੇ ਨੇ 200 ਪਰਿਵਾਰ ਦੇ ਕਰੀਬ ਜਿਹੜੇ ਲੋਕ ਨੇ ਇਹ ਕੰਮ ਕਾਰੋਬਾਰ ਕਰਦੇ ਨੇ ਅਤੇ ਕਈ ਵਿੱਚੋਂ ਜਿਹੜੇ ਨੇ ਕਾਫੀ ਪਰਿਵਾਰ ਜਿਹੜੇ ਉਹ ਛੱਡ ਗਏ ਨੇ ਕਿਉਂਕਿ ਮਹंगाई ਦੀ ਉਹਦੀ ਜਿਹੜੀ ਮਾਰ ਵਾਧੀ ਜਾ ਰਹੀ ਆ ਅਤੇ ਉਹਨਾਂ ਕਿਹਾ ਵੀ ਵੱਤੋ ਆ ਸਰਕਾਰ ਨੂੰ ਚਾਹੀਦਾ ਵੀ ਸਾਡੇ ਪਰਿਵਾਰ ਦੀ ਬਾਹ ਫੰਡੀ ਜਾਂਦੀ ਆ ਬੰਦ ਕਰਨੀ ਜਾਂਦੀ ਆ ਤਾਂ ਜੋ ਕਿ ਜਿਹੜਾ ਇਹ ਸਾਡਾ ਸਾਡਾ ਕਿੱਤਾ ਵਾ ਸਾਡਾ ਖਾਨਦਾਨੀ ਕੰਮ ਆ ਉਸੇ ਤਰ੍ਹਾਂ ਚੱਲਦਾ ਰਹੇ ਕਿਉਂਕਿ ਜਿਹੜਾ ਕਿਹਾ ਜਾਂਦਾ ਵੀ ਦੀਵਾ ਦੀਵਾ ਬਾਲ ਕੇ ਦੀਵਾਲੀ ਬਣ ਜਾਂਦੀ ਆ ਐਸੇ ਕਿ ਜਿਹੜਾ ਦੀਵਾਲੀ ਦਾ ਤਿਹਾੜ ਆ ਐ ਜਰਤੀ ਵੇਖ ਰਹੇ ਹੋ ਕਿੰਨਾ ਜਿਹੜੇ ਦੀਵੇ ਧਾਗਾ ਕੇ ਜਿਹੜਾ ਸਾਰਾ ਪਰਿਵਾਰ ਜਿਹੜਾ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰ ਰਿਹਾ ਏ ਮੈਨੂੰ ਦਿਓ ਜਾਤ ਮਹਾਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ